ਹੁਣ ਸਭ ਦੀਆਂ ਨਿਗਾਹਾਂ ਨੇ ਲੋਕ ਸਭਾ ਚੋਣਾਂ ਤੇ ਨਤੀਜੇ ਪੰਜਾਬ ਦੇ ਵਿੱਚ ਬੇਸ਼ੱਕ ਸਮਾਂ ਜਾਦੇ ਪਿਆ ਵੋਟਾਂ ਪਾਉਣ ਨੂੰ ਹਲੇ ਸਮਾਂ ਹੈ ਪਰ ਕਿਉਂਕਿ ਚੋਣ ਜ਼ਾਬਤਾ ਲੱਗ ਚੁੱਕਿਆ ਹੈ ਹਾਲਾਤ ਚੋਣਾਂ ਵਾਲੇ ਬਣ ਚੁੱਕੇ ਨੇ ਮਾਹੌਲ ਉਸੇ ਦੇ ਵਿੱਚ ਸਿਆਸੀ ਸਰਗਰਮੀਆਂ ਹੋਣੀਆਂ ਨੇ ਤੇ ਹਾਲਾਤ ਕਿਸ ਤਰ੍ਹਾਂ ਦੇ ਰਹਿਣ ਵਾਲੇ ਨੇ ਕਿਸ ਤਰ੍ਹਾਂ ਦੀ ਵਿਵਸਥਾ ਕੀਤੀ ਗਈ ਹੈ ਕਿਸ ਤਰ੍ਹਾਂ ਨੇ ਪ੍ਰਬੰਧ ਕੀਤੇ ਗਏ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਆਏਸ ਸਿਬਨ ਸੀਜੀ ਜਿਹੜੇ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੇ ਸਿਰ ਤੇ ਜ਼ਿੰਮੇਵਾਰੀ ਹੈ ਕਿ ਪੰਜਾਬ ਦੇ ਵਿੱਚ ਅਮਨ ਅਮਾਨ ਦੇ ਨਾਲ ਵੋਟਾਂ ਪਵਾਈਆਂ ਜਾਣ ਤੇ ਜੇ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹਨੇ ਆ ਕੇ ਇਹਨਾਂ ਦੇ ਨਾਲ ਹੀ ਸੰਪਰਕ ਕਰਨਾ ਤੇ ਪੰਜਾਬ ਦੀ ਪੂਰੀ ਜ਼ਿੰਮੇਵਾਰੀ ਸਿਬਨ ਸੀਜੀ ਹੋਰਾਂ ਦੇ ਸਿਰ ਤੇ ਇਸ ਵੇਲੇ ਪਈ ਹੋਈ ਹੈ ਪੰਜਾਬ ਬੜੀ ਮਹੱਤਵਪੂਰਨ ਸਟੇਟ ਹੈ ਜੀ ਔਰ ਪੰਜਾਬ ਦੀ ਜ਼ਿੰਮੇਵਾਰੀ ਤੁਹਾਡੇ ਕੋਲੇ ਆ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੋਣ ਕਮਿਸ਼ਨ ਨੇ ਕੀਤੀਆਂ ਨੇ ਕਿਉਂਕਿ अनेका ਅ ਅੱਜਕੱਲ ਚਾਹੇ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ अनेका ਸਵਾਲ ਵੀ ਬੜੀ ਜਲਦੀ ਉੱਠਣ ਲੱਗ ਜਾਂਦੇ ਨੇ ਕਿਸ ਤਰ੍ਹਾਂ ਦੀ ਤਿਆਰੀ ਹੈ ਤਾਂ ਕਿ ਅਮਨ ਅਮਾਨ ਦੇ ਨਾਲ ਔਰ ਨਿਰਪੱਖ ਚੋਣਾਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਕਰਾਈਆਂ ਜਾ ਸਕਣ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੀ ਤਰਫੋਂ ਸੇ ਜੋ ਵੀ ਸ਼ਡਿਊਲ ਅਭੀ ਆਇਆ ਹੈ ਉਸੇ ਹਿਸਾਬ ਸੇ ਹਮਾਰੇ ਸਾਰੇ ਇੰਤਜ਼ਾਮ ਹੈ ਉਹ ਸਾਰੇ ਮੁਕੰਮਲ ਹੈ और यहाँ पे एडवांस सी ए पी एफ पच्चीस कंपनी ऑलरेडी आ चुके हैं वो सारे एरिया डोमिनेशन और जो कॉन्फिडेंस बिल्डिंग मेशर्स है वो सारे डिस्ट्रिक्ट्स में कर रहे हैं उसके अलावा जो भी पैराफर्नालिया चाहिए इंफ्रास्ट्रक्चर चाहिए उसके लिए भी हमारी तरफ से सारे इंतज़ाम हैं डिस्ट्रिक्ट इलेक्शन ऑफिसर कम डी की तरफ से भी सारे इंतज़ाम ऑलरेडी हो चुके हैं शेड्यूल थोड़ा लंबा है बट सेवेंथ मई को जो है नोटिफिकेशन होनी है उसके बाद पोलिंग जो होनी है वो फर्स्ट जून को होनी है उसके बीच में बाकी जितने भी तैयारियां हैं ਉਹ ਵੀ ਕੰਪਲੀਟ ਹੋ ਜਾਈਏਗਾ ਅੱਛਾ ਪੰਜਾਬ ਦੇ ਅਫੀਸਰਜ਼ ਨਾਲ ਤੁਸੀਂ ਹਾਲਾਂਕਿ ਲਗਾਤਾਰ ਟੱਚ ਦੇ ਵਿੱਚ ਹੋਵੋਗੇ ਪਰ ਕੀ ਸਪੈਸਿਫਿਕ ਕਰ ਦਿੱਤਾ ਗਿਆ ਹੈ ਸਪਾਈਸਟਰ ਜਿਹੜੇ ਸੁਨੇਹਾ ਉਹਨਾਂ ਨੂੰ ਦਿੱਤਾ ਜਾਣਾ ਸੀ ਉਹਦੇ ਲੈ ਕੇ ਉਹਨੂੰ ਲੈ ਕੇ ਮੀਟਿੰਗ ਵਗੈਰਾ ਹੋ ਗਈ ਹੈ ਕਿਸ ਤਰ੍ਹਾਂ ਦਾ ਤੁਹਾਡੇ ਕੋਲੇ ਕੀ ਮੈਸੇਜ ਆਇਆ ਪੰਜਾਬ ਦੇ ਵਿੱਚ ਇਸ ਵੇਲੇ ਕੀ ਸਿਚੁਏਸ਼ਨ ਹੈ ਕਿਸ ਤਰ੍ਹਾਂ ਦੇ ਹਾਲਾਤ ਨੇ ਕਈ ਵਾਰ ਅਨੇਕਾਂ ਸ਼ਿਕਾਇਤਾਂ ਸ਼ੁਰੂਆਤੀ ਦੌਰ ਦੇ ਵਿੱਚ ਵੀ ਆ ਜਾਂਦੀਆਂ ਨੇ ਕਿ ਬੜਾ ਕੁਝ ਕਿਉਂਕਿ ਪਹਿਲਾਂ ਇੱਕ ਸਰਕਾਰ ਦਾ ਇੱਕ ਸਿਸਟਮ ਚੱਲ ਰਿਹਾ ਹੁੰਦਾ ਔਰ ਅਚਾਨਕ ਜਦੋਂ ਚੋਣ ਕਮਿਸ਼ਨ ਆ ਕੇ ਜ਼ਿੰਮੇਵਾਰੀ अपने चलें जब इलेक्शन कमीशन की तरफ से अनाउंसमेंट हो चुके उसके इमीडिएटली बाद मैंने डीसी और एस एस के साथ मीटिंग किया है उनको हदायत की गई है कि ये सारे जो मॉडल कोड ऑफ कंडक्ट है जो वो आ, सारे प्रॉपर तरीके से इंप्लीमेंट किया जाए इसके अंडर काफी वायलेशंस वगैरह रिमूव किया जा रहे हैं और उसके अलावा आज पॉलिटिकल पार्टीज़ के साथ भी मीटिंग किया है उनको भी समझाया है कि क्या है व्हाट इज़ मॉडल कोड ऑफ कंडक्ट उसके अंदर क्या क्या प्रोविशंस है उसके अलावा इलेक्शन में कैसे नॉमिनेशन करना है नॉमिनेशन की प्रोसीजर जो है उसके अलावा जो परमिशंस वगैरह है उनको लिए कोई मीटिंग करना है कोई प्रोसेशन निकालना है उसके लिए सारे जो भी परमिशंस चाहिए उनके बारे में उनको एक्सप्लेन किया गया है किया गया है ਔਰ ਉਹਨੂੰ ਇਹ ਵੀ ਅਸ਼ੋਰੈਂਸ ਦਿਆ ਗਿਆ ਹੈ ਕਿ ਕੋਈ ਵੀ ਇਸ਼ੂ ਆਤਾ ਹੈ ਤਾਂ ਦੇ ਕੈਨ ਆਈਦਰ ਅਪਰੋਚ தி ਡਿਸਟ੍ਰਿਕਟ ਲੈਵਲ ਡੀਸੀਸ ਜਾਂ ਦੇ ਕੈਨ ਕਮ ਟੂ ਅ ਸੀਓ ਆਫਿਸ ਲੈਵਲ ਅੱਜ ਮਾਡਲ ਕੋਡ ਆਫ ਕੰਡਕਟ ਦੇ ਵਿੱਚ ਕਾਫੀ ਚੀਜ਼ਾਂ ਹਾਲਾਂਕਿ ਪਿਛਲੇ ਕੁਝ ਟਾਈਮ ਦੇ ਦੌਰਾਨ ਲੋਕਾਂ ਤੱਕ ਵੀ ਸਹਾਈਆਂ ਜਿਹੜਾ ਪਹੁੰਚਿਆ ਕਾਫੀ ਕੁਝ ਲੋਕਾਂ ਨੂੰ ਹੁਣ ਇਸ ਦੇ ਬਾਰੇ ਨੌਲੇਜ ਵੀ ਹੈ ਪਰ ਫਿਰ ਵੀ ਅਸੀਂ ਜੇ ਪੁਰਾਣੇ ਥੋੜਾ ਜਿਹਾ ਪਿੱਛੇ ਚਲੇ ਜਾਈਏ ਤਸਪੀਕਰਾਂ ਦੀਆਂ ਆਵਾਜ਼ਾਂ ਔਰ ਅਨਾਉਂਸਮੈਂਟ ਦੀਆਂ ਆਵਾਜ਼ਾਂ ਉਹ ਰੇੜੀਆਂ ਤੇ ਅਨਾਉਂਸਮੈਂਟ ਵੱਡੇ ਵੱਡੇ ਪਰਚੇ ਪੋਸਟਰ ਬੈਨਰ ਹੋਲਡਿੰਗ ਕੁਝ ਪਹਿਲਾਂ ਤੋਂ ਵੀ ਰੁਟੀਨ ਦੇ ਵਿੱਚ ਲੱਗੇ ਹੋਏ ਹੁੰਦੇ ਨੇ ਚਾਹੇ ਵਕਫ ਵਕਫ ਪੋਲੀਟੀਕਲ ਪਾਰਟੀਆਂ ਦੇ ਹੋਣ ਚਾਹੇ ਕਿਸੇ ਨਾਲ ਵੀ ਜੁੜੇ ਹੋਏ ਹੋਣ ਉਹਨਾਂ ਨੂੰ ਲੈ ਕੇ ਕੀ ਐਗਜ਼ੈਕਟ ਜਿਹੜੇ ਦਿਸ਼ਾ ਨਿਰਦੇਸ਼ ਨੇ ਕਿਸ ਹੱਦ ਤੱਕ ਹੋਲਡਿੰਗ ਹੋ ਸਕਦਾ ਹੈ ਕਿਸ ਹੱਦ ਤੱਕ ਪ੍ਰਚਾਰ ਕੀਤਾ ਜਾ ਸਕਦਾ ਦੇਖੋ ਮਾਡਲ ਕੋਡ ਆਫ ਕੰਡਕਟ ਦਾ ਜੋ ਗਾਈਡਲਾਈਨਸ ਹੈ ਉਹ ਬਹੁਤ ਲੰਬੇ ਚੋੜੇ ਹੈ बट uh, अलग अलग पॉलिटिकल पार्टीज के लिए सेपरेट है डिस्ट्रिक्ट ऑफिशियल्स के लिए सेपरेट है और कैंडिडेट्स के लिए सेपरेट है इस तरह की काफ़ी इंस्ट्रक्शंस है बट uh, अभी कमीशन ने एक और नया चीज़ इंट्रोड्यूस किया है वो है सी बी जिल ऐप कोई भी मॉडल कोड ऑफ कंडक्ट वायलेशन होता है तो कोई भी वोटर या आम्लिक आम पब्लिक आम आम जो है उनका वायलेशन उसी समय फोटोग्राफ लेकर सी बी जिल ऐप में अपलोड कर सकते हैं तो उसकी जो कार्रवाई है वो हंड्रेड मिनट्स में हो जाती है तो इस करके जो भी वायोलेशंस इमीडिएटली होते हैं चाहे है, है वो ਪ੍ਰਾਈਵੇਟ ਪ੍ਰੋਪਰਟੀ ਕੇ ਉਪਰ ਕੋਈ ਵਾਇਲੇਸ਼ਨ ਹੈ ਜਾਂ ਪਬਲਿਕ ਪ੍ਰੋਪਰਟੀ ਕੇ ਉਪਰ ਉਹ ਸਾਰੇ ਜੋ ਹੈ ਇਮੀਡੀਟਲੀ 100 ਮਿੰਟਸ ਕੇ ਅੰਡਰ ਹਮ ਕਾਰਵਾਈ ਦਾ ਅਸ਼ੋਰੈਂਸ ਦਿੰਦੇ ਹੈ ਹਲੇ ਤਾਂ 99 ਲੱਗਿਆ ਤਾਂ ਸ਼ੁਰੂਆਤ ਦੇ ਇੱਕ ਦੋ ਦਿਨਾਂ ਦੀ ਗੱਲ ਹੀ ਆਪਾਂ ਕਰ ਰਹੇ ਆ ਤਾਂ ਕੋਈ ਜਿੱਦਾਂ ਕਹਿੰਦੇ ਨਾ ਪੰਜਾਬੀ ਦੇ ਬੋਣੀ ਹੋਗੀ ਕੋਈ ਸ਼ਿਕਾਇਤ ਵਾਲੀ ਬੋਣੀ ਹੋਈ ਜੀ ਕੋਈ ਸ਼ਿਕਾਇਤ ਆ ਗਈ ਇਸ ਮਸਲੇ ਚ ਨਹੀਂ ਅਜੇ ਤੱਕ ਇੱਕ ਦੋ ਮਾਈਨਰ ਕੰਪਲੇਂਸ ਵਗੈਰਾ ਆਉਂਦੇ ਹੈ ਸੀਵੀ ਜਿਲ੍ਹ ਦੇ ਵਿੱਚ ਵੀ ਕੰਪਲੇਂਟ ਆਉਂਦੇ ਰਹਿੰਦੇ ਬਟ ਉਹਦੀ ਕਾਰਵਾਈ ਜੋ ਹੈ ਨਾਲ ਦੀ ਨਾਲ ਚੱਲਦੇ ਰਹਿੰਦੇ ਤੇ ਅਸੀਂ ਹੁਣ ਤੱਕ ਜੋ ਦੋ ਦਿਨ ਦੇ ਵਿੱਚ অলਮੋਸਟ 20000 ਕੇ ਆਸ-ਪਾਸ ਜੋ ਵਾਇਲੇਸ਼ਨਸ ਹੈ 올ਰੇਡੀ ਪੋਸਟਰਸ ਬੈਨਰਸ ਵਗੈਰੇ ਜੋ ਹੈ ਰਿਮੂਵ ਕਰ ਚੁਕੇ ਉਹ ਜਿਹੜੀ ਪਹਿਲਾਂ ਤੋਂ ਲੱਗੇ ਹੋਏ ਸੀ ਪੋਸਟਰ ਬੈਨਰ ਹਟਵਾ ਦਿੱਤੇ ਨੇ ਜੀ 20000 ਕੇ ਆਸ 20000 ਕੇ ਉੱਪਰ ਜੋ ਉਹ 올ਰੇਡੀ ਇਤਨੇ ਨਿਕਲ ਚੁਕੇ ਨਿਕਾਲਾ ਜਾ ਚੁਕਾ ਹੈ ਔਰ ਅੱਗੇ ਜੋ ਹੈ ਕਾਰਵਾਈ ਚਲਦਾ ਰਹੇਗਾ ਅੱਛਾ ਪੰਜਾਬ ਦੇ ਵਿੱਚ ਇਸ ਵੇਲੇ ਵੋਟਰ ਨੂੰ ਲੈ ਕੇ ਅਪਸਥਿਤੀ ਅਗਰ ਸਪਸ਼ਟ ਕਰੀਏ ਟੋਟਲ ਤੁਹਾਡੇ ਕੋਲੇ ਡਾਟਾ ਆ ਗਿਆ ਹੋਵੇਗਾ ਵੋਟਰ ਦੀ ਕੀ ਪੋਜੀਸ਼ਨ ਹੈ ਕਿੰਨਾ ਵੋਟਰ ਹੈ ਔਰ ਕਿੰਨਾ ਨਿਊ ਔਰ ਪ੍ਰੋਸੈਸ ਹੈ ਜਿਹੜਾ ਉਹਦੇ ਉਹਨੂੰ ਲੈ ਕੇ ਜਿਹੜੇ ਹੈਗੇ ਕੀ ਡੇਟ ਵਗੈਰਾ ऐसे जो वोटर्स की जो लेटेस्ट डाटा है फर्स्ट मार्च तक जो डाटा मैं बता पाऊंगा बेसिकली इट इज दो करोड़ बारह लाख के आसपास वोटर्स हैं जिसमें ऑलमोस्ट फिफ्टी वन के आसपास परसेंटेज जो है मेल वोटर्स है फिफ्टी के फोर्टी नाइन के आसपास फीमेल वोटर्स है और ये जो प्रोसेस है अपडेशन जो है वो चलता रहेगा Uh, till 10 days before last date of nomination hai uske baad ye freeze ho jata hai to jo exact date hai ye badalta rahenge but for the time being 1st mar march as on 1st march 2 crore 12 lakh voters hamare water list mein hai yani hle tak kisne agar navi vote banani hai oh vi time hai ga je kisne je kisey kudi da viyah ho gaya ya kisne apni vote change karwani hai oh vote haje apni tabdil karwan da vi hle time hai karwa sakde ne जी आफ्टर अनाउंसमेंट ऑफ इलेक्शन वोटर एडिशन चलता रहेगा टेन डेज बिफोर लास्ट डेट ऑफ नॉमिनेशन तक बाकी जो फॉर्म सेवन जो डिलीशन के लिए यूज करते हैं या एट जो द्रुस्ती के लिए यूज करते हैं वो उसका जो प्रोसेस है अभी बंद हो गया है तो डिलीशन जो है अभी जितने भी फॉर्म आए हैं सेवन एट जो फॉर्म्स है वो टेन दस दिन के अंदर अंदर डिस्पोज ऑफ करना है बाकी जो नया फॉर्म्स डिलीशन और दुरुस्ती के लिए जो हम अभी ने, ले नहीं सकते बट एडिशन जो है मतलब वोट बनाना वो टेन डेज बिफोर लास्ट डेट ऑफ नॉमिनेशन है वो तब तक चलता रहेगा नवी वोट बन सकती है पुरानी किसी ने जो बठिंडे तो कटवा के फरीदकोट या फरीदकोट तो कटवा के बठिंडे करवानी है वो नहीं हो सकती है हां जी नए नवी बोर्ड बना सकती है पर डिलीशन और जो शिफ्टिंग है वो नहीं हो सकती अच्छा सिक्योरिटी लेके किस तरह दे अरेंजमेंट करले गए हैं और आगे किस तरह दे ਤੁਹਾਨੂੰ ਹੁਣ ਲੱਗਦਾ ਹੈ ਕਿ ਪੰਜਾਬ ਦੇ ਹਾਲਾਤਾਂ ਮੁਤਾਬਕ ਜ਼ਰੂਰਤ ਪਵੇਗੀ ਦੇਖੋ بیسਡ ਔਨ ਦੀ ਸਕਿਉਰਿਟੀ ਅਸੈਸਮੈਂਟ ਸਾਨੂੰ ਆਲਰੇਡੀ 25 ਕੰਪਨੀਆਂ ਸੀਏਪੀਏ ਫ ਆਲਰੇਡੀ ਹੋ ਚੁੱਕਾ ਹੈ ਉਹਦੀ ਏਰੀਆ ਡੋਮੀਨੇਸ਼ਨ ਔਰ ਕੰਫੀਡੈਂਸ ਬਿਲਡਿੰਗ ਮੀਜਰਸ ਅਜੇ ਚੱਲ ਰਹੇ ਹਨ ਤੇ ਅੱਗੇ ਸਾਡੇ ਰਿਕਵਰਮੈਂਟ ਅਸੀਂ ਇਲੈਕਸ਼ਨ ਕਮਿਸ਼ਨ ਆਲਰੇਡੀ ਇਨਫੋ ਮੇਲ ਕਰ ਚੁੱਕੇ ਅਸੀਂ ਐਕਸਪੈਕਟ ਕਰਦੇ ਹਾਂ ਕਿ ਜਿੰਨੇ ਵੀ ਸਾਡੀ ਰਿਕਵਰਮੈਂਟ ਸੀ ਉਹ ਆ ਜਾਏਗਾ ਤੇ ਇਹਦੇ ਨਾਲ ਜੋ ਸਿਕਿਉਰਿਟੀ ਇਸ਼ੂਸ ਹੈ ਜੋ ਪੰਜਾਬ ਦੀ ਹੈ ਉਹ ਉਹਨੂੰ ਮੈਨੇਜ ਕਰ ਸਕਤੇ ਹੈ ਅੱਜ ਬਾਰਡਰ ਸਟੇਟ ਹੈ ਜੀ ਪੰਜਾਬ ਉਹਨੂੰ ਲੈ ਕੇ ਕੋਈ ਖਾਸ ਧਿਆਨ ਵੀ ਰੱਖਿਆ ਜਾ ਰਿਹਾ ਔਰ ਇੰਟਰ ਸਟੇਟ ਜਿਹੜੀ ਐਕਟੀਵਿਟੀਆਂ ਨੇ ਉਹਨੂੰ ਲੈ ਕੇ ਕਈ ਵਾਰ ਚਿੰਤਾ ਵੀ ਬਣੀ ਰਹਿੰਦੀ ਆ ਇੰਟਰ ਸਟੇਟ ਔਰ ਦੂਸਰੇ ਪਾਸੇ ਬਾਰਡਰ ਹੈ ਪਾਕਿਸਤਾਨ ਦੇ ਨਾਲ ਅਸੀਂ ਬੈਠੇ ਆ ਦੋਨਾਂ ਚੀਜ਼ਾਂ ਨੂੰ ਲੈ ਕੇ ਕੋਈ ਖਾਸ ਅਰੇਂਜਮੈਂਟ ਇੰਟਰ ਸਟੇਟ ਦੇ ਵਿੱਚ ਐਕਟੀਵਿਟੀਆਂ ਨੂੰ ਲੈ ਕੇ ਕੋਈ ਖਾਸ ਸੜੇ ਵੱਲੋਂ ਇਸ ਵਾਰ ਪਹਿਲੀ ਬਾਰ ਸੀ ਇੰਟਰ ਸਟੇਟ ਬਾਰਡਰਸ ਜੋ ਸਾਡੇ ਹੈ ਨਾਕਾਸ ਅਸੀਂ ਆਇਡੈਂਟੀਫਾਈ ਕੀਤਾ ਹੈ 19 ਨਾਕਾਸ ਉਹ 19 ਨਾਕਾਸ ਦੇ ਵਿੱਚ ਸੀਸੀਟੀਵੀ ਲਗਾਇਆ ਰਿਹਾ ਹੈ ਤੋਂ ਆਨਲਾਈਨ ਮੋਨਿਟਰਿੰਗ ਚਲਦਾ ਰਹੇਗਾ ਸਾਡੇ ਜੋ ਵੀ ਮੂਵਮੈਂਟ ਹੈ ਤੋ ਉਹ ਲਿਕਰ ਡਰੱਗਸ ਜੋ ਵੀ ਕੈਸ਼ ਮੂਵਮੈਂਟਸ ਵਗੈਰਾ ਉਹਦੀ ਪੂਰਾ ਨਜ਼ਰ ਰੱਖਾਂਗੇ ਤੇ ਉਸ ਤੋਂ ਇਲਾਵਾ ਜੋ ਇੰਟਰ ਨੈਸ਼ਨਲ ਬਾਰਡਰ ਹੈ ਜੋ ਸਾਢੇ 6 ਡਿਸਟ੍ਰਿਕਟਸ ਹੈ ਉਹ 6 ਡਿਸਟ੍ਰਿਕਟ ਦੀ ਇੰਟਰਨੈਸ਼ਨਲ ਬਾਰਡਰ ਪੰਥੀ ਹੈ ਉਹਦੇ ਵਿੱਚ ਬੀਐਸਐਫ ਫਰਸਟ ਲਾਈਨ ਐਸਐਫਰਸਟ ਲਾਈਨ ਨੂੰ ਡਿਫੈਂਸ ਉਹ ਸਾਰੇ ਨਜ਼ਰ ਰੱਖ ਰਿਹਾ ਹੈ ਔਰ ਸਾਢੇ ਉਹਨਾਂ ਦੇ ਨਾਲ ਕੋਆਰਡੀਨੇਸ਼ਨ ਔਰ ਟਾਈਅਪ ਹੈ ਤੇ ਉਸ ਤੋਂ ਇਲਾਵਾ ਜੋ 10 ਡਿਸਟ੍ਰਿਕਟ ਜੋ ਇੰਡਸਟ੍ਰੀਅਲ ਡਿਸਟ੍ਰਿਕਟਸ ਹੈ ਉਹਦੇ ਵਿੱਚ ਅਸੀਂ ਸੀਸੀਟੀਵੀ ਆਲਰੇਡੀ ਲਗਾ ਰਹੇ ਜਾਂ ਲੱਗ ਚੁੱਕੇ ਹੈ ਤਾਂ ਉਹਦੀ ਮਾਨਟਰੀਂਗ ਪੂਰੇ ਪੀਰੀਅਡ ਦੇ ਦੌਰਾਨ ਰਾਈਟ ਫਰਮ ਦੀ ਅਨਾਉਂਸਮੈਂਟ ਆਫ ਇਲੈਕਸ਼ਨ ਟਿਲ ਦੀ ਕਾਊਂਟਿੰਗ ਡੇਟ ਤੱਕ ਇਹ ਜੋ ਆਨਲਾਈਨ ਮਾਨਟਰੀਂਗ ਚਲਦਾ ਰਹੇਗਾ ਤਾਂ ਪੰਜਾਬ ਦੇ ਵੋਟਰ ਨੂੰ ਪੰਜਾਬ ਦੇ ਲੋਕਾਂ ਨੂੰ ਆਖਰੀ ਸੁਨੇਹਾ ਜੋ ਇੱਕ ਮੁੱਖ ਚੋਣ ਅਧਿਕਾਰੀ ਜਿਹੜੇ ਮੁੱਖ ਚੋਣ ਅਫਸਰੋਂ ਤੁਸੀਂ ਤਾਂ ਪੰਜਾਬ ਦੇ ਵੋਟਰ ਨੂੰ ਇੱਕ ਸੁਨੇਹਾ ਜਿਹੜਾ ਦਿਨਾ ਚਾਹੋ ਸੜੇ ਵੱਲੋਂ ਰੀਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਵੱਲੋਂ ਵੀ ਸਾਰਿਆਂ ਨੂੰ ਅਪੀਲ ਹੈ ਕਿ ਉਹ ਆਪਣੇ ਵੋਟ ਦਾ ਜੋ ਮਹੱਤਵਪੂਰਨ ਰੋਲ ਹੈ ਡਿਊਟੀ ਹੈ ਉਹ ਨਿਭਾਏ ਅਤੇ ਸਾਡੀ ਜੋ ਨਾਰਮਲੀ ਪਾਰਲੀਮੈਂਟਰੀ ਇਲੈਕਸ਼ਨ ਦੇ ਵਿੱਚ VOTING ਪਰਸੈਂਟੇਜ ਕਮ ਹੁੰਦੀ ਹੈ ਪਰ ਸਾਡੇ ਵੱਲੋਂ ਜੋ ਪੋਲਿੰਗ ਸਟੇਸ਼ਨ ਦੇ ਵਿੱਚ ਕਾਫੀ ਸਹੂਲਤਾਂ ਹਨ ਉਹ ਪ੍ਰੋਵਾਈਡ ਕੀਤੀ ਗਈ ਹੈ ਤਾਂ ਮੇਰੀ ਰਿਕਵੈਸਟ ਹੈ ਸਾਰੇ ਵੋਟਰਸ ਆਪਣੇ ਵੋਟ ਦਾ ਜੋ اتنا ਮਹੱਤਵਪੂਰਨ ਡਿਊਟੀ ਹੈ ਉਹ ਨਿਭਾਏ ਥੈਂਕ ਯੂ ਪੰਜਾਬ ਦੇ ਵੋਟਰ ਨੂੰ ਸੁਨੇਹਾ ਕਿ ਇਸ ਵੋਟਾਂ ਦੇ ਤਿਉਹਾਰ ਦੇ ਵਿੱਚ ਸਭ ਨੂੰ ਅੱਗੇ ਆਉਣ ਦੀ ਜ਼ਰੂਰਤ ਹੈ ਆਪਣੇ ਵੋਟ ਦੇ ਅਧਿਕਾਰ ਦਾ ਵੋਟ ਦੇ ਹੱਕ ਦਾ ਇਸਤੇਮਾਲ ਜ਼ਰੂਰ ਕਰੋ আর ਦੂਜੇ ਪਾਸੇ ਕਹਿੰਦੇ ਨੇ ਕਿ ਇਸ ਵਾਰ ਪਹਿਲਾਂ ਨਾਲੋਂ ਵੀ ਜ਼ਿਆਦਾ ਸ਼ਕਤੀ ਨਜ਼ਰ ਆਉਣ ਵਾਲੀ ਹੈ ਕਿਧਰੇ ਕੋਈ ਵੀ ਸ਼ਰਤਾਂਤੀ ਅਨਸਰ ਹੈ ਜਿਹੜਾ ਉਸ ਨੂੰ ਕੋਈ ਗਲਤ ਹਰਕਤ ਗਲਤ ਐਕਟੀਵਿਟੀ ਨਹੀਂ ਕਰਨ ਦਿੱਤੀ ਜਾਵੇਗੀ ਇੰਟਰ ਸਟੇਟ ਯਾਨੀ ਜੇ ਕੋਈ ਹਰਿਆਣਾ ਤੋਂ ਪੰਜਾਬ ਆਉਣਾ ਪੰਜਾਬ ਤੋਂ ਹਰਿਆਣਾ ਜਾਣਾ ਇਦਾਂ ਦੀ ਕੋਈ ਗਤੀਵਿਧੀ ਹੋਣੀ ਹੈ ਤਾਂ ਉੱਥੇ ਸਪੈਸ਼ਲ ਸੀਸੀਟੀਵੀ ਕੈਮਰੇ ਲਾ ਦਿੱਤੇ ਗਏ ਨੇ ਆਨਲਾਈਨ ਨજર ਚੋਣ ਕਮਿਸ਼ਨ ਰੱਖ ਰਿਹਾ ਕਿ ਕਿਤੇ ਇੱਕ ਸੂਬੇ ਦੇ ਵਿੱਚੋਂ ਦੂਜੇ ਸੂਬੇ ਦੇ ਵਿੱਚ ਕੋਈ ਦਖਲ ਅੰਦਾਜ਼ੀ ਜਾਂ ਫਿਰ ਕੋਈ ਚੋਣਾਂ ਦੇ ਵਿੱਚ ਵਰਤਿਆ ਜਾਣ ਵਾਲਾ ਸਬਾਣ ਚਾਹੇ ਉਹ ਸ਼ਰਾਬ ਵਗੈਰੇ ਕਿਉਂ ਨਾ ਹੋਵੇ ਉਹ ਤਾਂ ਨਹੀਂ ਇਧਰ ਉਧਰ ਲਿਆਂਦਾ ਜਾ ਰਿਹਾ ਤਾਂ ਪਰਵੰਧ ਪੂਰੇ ਕੀਤੇ ਜਾ ਰਹੇ ਨੇ ਆਸੇ ਹੀ ਕਿ ਚੋਣਾ ਸੁਖੀ ਸੰਧੀ ਜਿਹੜੀਆਂ ਪੰਜਾਬ ਦੀਆਂ ਵੀ ਵੋਟਿੰਗ ਜਿਹੜੀ ਹੋਵੇ ਪਰ ਲੋਕਾਂ ਨੂੰ ਸੁਨੇਹਾ ਕਿ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਜ਼ਰੂਰ ਕਰੋ ਕੈਮਰਾਮੈਨ ਜਤਿੰਦਰ ਸਿੱਧੂ ਦੇ ਨਾਲ ਨਪਿੰਦਰ ਸਿੰਘ ਬਰਾੜ న్యూਸ 18 ਚੰਡੀਗੜ੍ਹ